ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਹੁਤ ਪਿਆਰੇ ਰਾਗ ਜੋ ਮਿਸ਼ਰਤ ਰਾਗ ਨੇ ਆਪ ਜੀ ਸਰਵਣ ਕਰ ਰਹੇ ਹੋ। ਗੌੜੀ ਦੇ 11 ਪ੍ਰਕਾਰ ਸਰਵਣ ਕੀਤੇ, ਉਸ ਤੋਂ ਬਾਅਦ ਆਸਾ ਕਾਫੀ ਰਾਗ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਗੁਰੂ ਦੇ ਪਿਆਰੇ ਕੀਰਤਨੀਆਂ ਪਾਸੋਂ। ਬਹੁਤ ਆਨੰਦ ਬਣਿਆ। ਅੱਜ ਦਾ ਰਾਗ ਆਸਾਵਰੀ, ਬਹੁਤ ਪਿਆਰਾ ਰਾਗ, ਰਾਗ ਆਸਾ ਦੇ ਅੰਤਰ ਇਹ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਰਾਗ ਨਿਰਣਾਇਕ ਕਮੇਟੀ ਜੋ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਦੌਰਾਨ ਬਣਾਈ ਗਈ, ਉਹ ਵਿਦਵਾਨਾਂ ਨੇ, 25 ਦੇ ਕਰੀਬ ਵਿਦਵਾਨ ਸਨ, ਉਹਨਾਂ ਨੇ ਆਸਾਵਰੀ ਨੂੰ ਮਿਸ਼ਰਤ ਰਾਗਾਂ ਦੀ ਸ਼੍ਰੇਣੀ ਵਿੱਚ ਲਿਆਂਦਾ ਹੈ। ਆਸਾ ਦੇ ਅੰਤਰ ਜੋ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਬਹੁਤ ਖੂਬਸੂਰਤ ਰਾਗ। ਅਤੇ ਤਕਰੀਬਨ ਜਿਤਨੇ ਵੀ ਸੰਗੀਤ ਪ੍ਰੇਮੀ ਨੇ, ਗੁਰਮਤ ਸੰਗੀਤ ਪ੍ਰੇਮੀ ਨੇ, ਨੌਜਵਾਨ ਬੱਚੇ ਬੱਚੀਆਂ ਨੇ, ਸਾਰੇ ਹੀ ਆਸਾਵਰੀ ਰਾਗ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਅਤੇ ਜ਼ਿਆਦਾਤਰ ਵਿਦਵਾਨ ਇਸ ਨੂੰ ਗਾਇਨ ਵੀ ਕਰਦੇ ਨੇ। ਰਾਗ ਜੌਨਪੁਰੀ ਦੇ ਬਿਲਕੁਲ ਨੇੜੇ ਹੈ। ਆਰੋ ਦੇ ਵਿੱਚ ਆਸਾਵਰੀ ਦੇ ਵਿੱਚ ਦੈਵਤ ਕੋਮਲ ਤੋਂ ਬਾਅਦ ਸਿੱਧਾ ਛੜਜ ਲਿਆ ਜਾਂਦਾ ਹੈ, ਜੌਨਪੁਰੀ ਦੇ ਵਿੱਚ ਨਾਲ ਨਿਸ਼ਾਦ ਨੂੰ ਲਿਆ ਜਾਂਦਾ ਹੈ। ਅਵਰੂ ਦੋਨਾਂ ਰਾਗਾਂ ਦਾ ਸੇਮ ਹੈ ਅਤੇ ਸਵਰ ਸਾਰੇ ਹੀ ਸੇਮ ਨੇ। ਆਸਾਵਰੀ ਬਹੁਤ ਪ੍ਰੇਮ ਵਾਲਾ ਰਾਗ ਹੈ। ਸ਼ਬਦ ਮਾਈ ਮੋਰੋ ਪ੍ਰੀਤਮ ਰਾਮ ਬਤਾਓ ਰੀ ਮਾਈ, ਇਹ ਸ਼ਬਦ ਵੀ ਆਸਾਵਰੀ ਦੇ ਅੰਤਰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪ੍ਰੇਮ ਭਰਿਆ ਸ਼ਬਦ ਹੈ। ਬਹੁਤ ਸ਼ਰਧਾ ਨਾਲ, ਪ੍ਰੇਮ ਨਾਲ ਇਸ ਰਾਗ ਨੂੰ ਗਾਇਆ ਵਜਾਇਆ ਜਾਂਦਾ ਹੈ। ਆਓ ਇਸ ਰਾਗ ਦੇ ਸਵਰੂਪ ਵੱਲ ਦੇਖੀਏ। ਇਸ ਰਾਗ ਦੇ ਵਿੱਚ ਗੰਧਾਰ ਕੋਮਲ, ਦੈਵਤ ਕੋਮਲ, ਨਿਸ਼ਾਦ ਕੋਮਲ ਅਤੇ ਬਾਕੀ ਸਾਰੇ ਸਵਰ ਸ਼ੁੱਧ ਲੱਗਦੇ ਨੇ। ਆਰੋ ਦੇ ਵਿੱਚ ਗੰਧਾਰ ਅਤੇ ਨਿਸ਼ਾਦ ਨੂੰ ਵਰਜਿਤ ਕੀਤਾ ਜਾਂਦਾ ਹੈ। ਅਵਰੋ ਦੇ ਵਿੱਚ ਇਹ ਸਵਰ ਲਗਾਏ ਜਾਂਦੇ ਨੇ। ਇਸ ਰਾਗ ਦੀ ਜਾਤੀ ਔੜੋ ਸੰਪੂਰਨ ਮੰਨੀ ਗਈ ਹੈ। ਇਸ ਰਾਗ ਦਾ ਵਾਦੀ ਸਵਰ ਦੈਵਤ ਮੰਨਿਆ ਜਾਂਦਾ ਹੈ, ਸੰਵਾਦੀ ਸਵਰ ਗੰਧਾਰ ਮੰਨਿਆ ਜਾਂਦਾ ਹੈ ਅਤੇ ਗਾਇਨ ਦਾ ਸਮਾਂ ਦਿਨ ਦਾ ਦੂਸਰਾ ਪਹਿਰ ਮੰਨਿਆ ਜਾਂਦਾ ਹੈ। ਆਓ ਆਸਾਵਰੀ ਰਾਗ ਦੇ ਵਿੱਚ ਬੜੇ ਹੀ ਪਿਆਰ ਨਾਲ ਗੁਰਬਾਣੀ ਕੀਰਤਨ ਅਸੀਂ ਗੁਰੂ ਪਿਆਰੇ ਕੀਰਤਨੀਆਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।